ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਲੁਧਿਆਣਾ ਦੇ ਰਹਿਣ ਵਾਲੇ ਪ੍ਰਸਿੱਧ ਸੂਫੀ ਗਾਇਕ ਵਿੱਕੀ ਬਾਦਸ਼ਾਹ ਨੂੰ ਬੀਤੀ ਰਾਤ ਦਿਲ ਦਾ ਦੌਰਾ ਪੈ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਮੁੱਢਲੀ ਜਾਂਚ ਤੋਂ ਬਾਅਦ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ, ਜਿਸ ਨਾਲ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ। ਸੂਫੀ ਗਾਇਕ ਵਿੱਕੀ ਬਾਦਸ਼ਾਹ ਦਾ ਹਜ਼ਾਰਾਂ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਸੰਗੀਤ ਪ੍ਰੇਮੀਆਂ ਨੇ ਵਿੱਕੀ ਬਾਦਸ਼ਾਹ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਵਿੱਕੀ ਬਾਦਸ਼ਾਹ ਦੇ ਪਰਿਵਾਰਿਕ ਮੈਂਬਰਾਂ ਅਤੇ ਪ੍ਰਸਿੱਧ ਗਾਇਕਾਂ ਨੇ ਕਿਹਾ ਕਿ ਵਿੱਕੀ ਦੇ ਤੁਰ ਜਾਣ ਨਾਲ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਏ। ਅੱਜ ਅਚਾਨਕ ਪਤਾ ਲੱਗਿਆ ਤੇ ਬੜਾ ਦਿਲ ਨੂੰ ਦੁੱਖ ਹੋਇਆ। ਮੈਂ ਅਰਦਾਸ ਕਰਦਾ ਕਿ ਪਰਮਾਤਮਾ ਦੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਜ਼ੇ ਔਰ ਸਾਨੂੰ, ਅਸੀਂ ਉਹਨਾਂ ਦੇ ਬੱਚਿਆਂ ਦੇ ਵਿੱਚੋਂ ਵਿੱਕੀ ਬਾਦਸ਼ਾਹ ਨੂੰ ਦੇਖਦੇ ਹਾਂ। ਬੇਟਾ ਬੜਾ ਬਿਲਕੁਲ ਵਿੱਕੀ ਵਰਗਾ ਲੱਗਦਾ ਔਰ ਮੈਂ ਸਾਡੇ ਸਾਰੇ ਆਰਟਿਸਟ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਅਸੀਂ ਬੱਚਿਆਂ ਦਾ ਸਾਥ ਦੇਣਾ ਔਰ ਪਰਮਾਤਮਾ ਕਰੇ ਕਿ ਸਾਡਾ ਵਿੱਕੀ ਉਹਨਾਂ ਦੇ ਵਿੱਚੋਂ ਹੀ ਸਾਨੂੰ ਲੱਭਦਾ ਹੈ। ਮੇਰੇ ਮਨ ਬੜਾ ਖਰਾਬ ਹੈ, ਬੜਾ ਦੁੱਖ ਹੋਇਆ ਅੱਜ ਸਾਡੀ ਸੱਜੀ ਬਾਂਹ ਜਿਹੜਾ ਸਾਨੂੰ ਛੱਡ ਕੇ ਚਲਾ ਗਿਆ। ਦੁੱਖ ਦੀ ਘੜੀ ਹੈ, ਅਰਦਾਸ ਬੇਨਤੀ ਕਰਿਓ ਕਿ ਪਰਿਵਾਰ ਨੂੰ ਭਾਣਾ ਮਿਲਣ ਦਾ ਬਲ ਬਖਸ਼ੋ। ਕਰਨਾ ਸੂਫੀ ਗਾਇਕੀ ਨੂੰ ਇੰਨਾ ਕੁ ਵਧੀਆ ਗਾਉਣ ਵਾਲਾ ਔਰ ਹਮੇਸ਼ਾ ਜਦੋਂ ਵੀ ਉਹਨੇ ਮਿਲਣਾ ਇੰਨੀ ਐਡਾ ਦਿਲਦਾਰ ਬਹੁਤ ਸੀ, ਦਿਲਦਾਰ ਹਮੇਸ਼ਾ ਸਤਿਕਾਰ ਕਰਦਾ ਸੀ, ਸਭ ਦਾ ਸਤਿਕਾਰ ਕਰਦਾ ਸੀ ਔਰ ਜਿਹੜੀ ਗੱਲ ਕਹਿਣੀ ਉਹਨੇ ਮੂੰਹ ਤੇ ਕਹਿਣੀ ਸੀ। ਦਿਲ ਦਾ ਬੜਾ ਸਾਫ ਸੀ, ਕਿਸੇ ਦੇ ਪਿੱਠ ਪਿੱਛੇ ਉਹਨੇ ਮੂੰਹ ਤੇ ਕਹਿੰਦਾ ਸੀ ਜਿਹਨੂੰ ਕਹਿਣਾ ਸੀ। ਮਤਲਬ ਦਿਲ ਦਾ ਬਾਦਸ਼ਾਹ ਵੀ ਸੀ ਔਰ ਵਿੱਕੀ ਬਾਦਸ਼ਾਹ ਤਾਂ ਹੈ ਹੀ, ਗਾਇਕੀ ਦਾ ਬਾਦਸ਼ਾਹ ਵੀ ਸੀ। ਸੋ ਬੜਾ ਦੁੱਖ ਹੈ ਜੀ ਉਹਦੇ ਪਰਿਵਾਰ ਨੂੰ, ਜੋ ਫਿਰੋਜ਼ ਜੀ ਨੇ ਕਹੀਆਂ ਸਾਰੀਆਂ ਗੱਲਾਂ ਉਹੀ ਨੇ ਉਹਦੇ ਪਰਿਵਾਰ ਨੂੰ। ਬਸ ਮਾਲਕ ਆਪਣੇ ਚਰਨਾਂ ਵਿੱਚ ਉਹਨੂੰ, ਉਹਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਔਰ ਉਹਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ। ਅੱਜ ਸਾਡਾ ਗਾਇਕੀ ਦਾ ਬਾਦਸ਼ਾਹ ਵਿੱਕੀ ਬਾਦਸ਼ਾਹ ਜਿਹੜੇ ਕਿ ਇਸ ਵੇਲੇ ਪੂਰੀਆਂ ਬੁਲੰਦੀਆਂ 'ਤੇ ਸੀ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਜਿਹਨਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜਾ ਵੱਡਾ ਨਾਂ ਸੀ, ਜਿਹਨਾਂ ਨੇ ਲੁਧਿਆਣੇ ਦਾ ਇਸ ਸੋਹਣੀ ਮੰਦੇ ਦਾ ਨਾਂ ਦੁਨੀਆਂ ਦੇ ਵਿੱਚ ਰੋਸ਼ਨ ਕੀਤਾ ਔਰ ਅੱਜ ਜੋ ਸਾਨੂੰ ਇਤਨਾ ਵੱਡਾ ਘਾਟਾ ਪਿਆ ਕਿ ਪੂਰਾ ਹੋਣ ਵਾਲਾ ਨਹੀਂ। ਮੈਂ ਇੱਕ ਮੰਗ ਕਰਾਂਗਾ ਸਰਕਾਰਾਂ ਤੋਂ ਅਤੇ ਸੰਸਥਾਵਾਂ ਤੋਂ ਕਿ ਇਸ ਗਾਇਕ ਦੇ ਨਾਂ 'ਤੇ ਕੋਈ ਨਾ ਕੋਈ ਬਹੁਤ ਵੱਡੀ ਯਾਦਗਾਰ, ਕੋਈ ਉਹਦੇ ਨਾਂ 'ਤੇ ਚੌਂਕ ਬਣਨਾ ਚਾਹੀਦਾ, ਨਹੀਂ ਉਹਦੇ ਨਾਂ 'ਤੇ ਕੋਈ ਬਹੁਤ ਵੱਡਾ ਟ੍ਰਸਟ ਬਣਨਾ ਚਾਹੀਦਾ ਜਿਹੜਾ ਕਿ ਵਿੱਕੀ ਬਾਦਸ਼ਾਹ ਦਾ ਨਾਂ ਦੁਨੀਆਂ 'ਤੇ ਕਾਇਮ ਰਹਿ ਸਕੇ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਯੂਟਿਊਬ ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।